मैनू कोई डर नहीं, किसी का डर नहीं। राणा गुरजीत या राणा परिवार एक घमंडी ने, कमांड बड़ा करते ने। हाँ ठीक है, पेचा पुचा फस जाता जे कोई फसावे तो फिर सही रखी दा। पांच हज़ार एकड़ की खेती की राणे ने, हैलीकॉप्टर ना भी स्प्रे करवाते ना एज ए इंडिविजुअल। पहला अभी मेहनत कर लाइए, मैनू कोई डर नहीं, किसी का डर नहीं। ठीक है जी, रब वधा रहा, हर साल एक अद्धी नवी मिल लाउंदे मुंडे। पर सरकार ने तां उंगल करती करती, उंगल ना करना की हुंदा, हुण करन यार जो करना मेरा। तुहानूं कि मैनूं अंदर देण पर्चा करन। जदों मुख्यमंत्री साहब ने कहा भी सिखा के लैके आउणा सी बोलण दा सलीका, ये की गल बन गई, ये की हो गया? मुख्यमंत्री साहब ने तां इहदी औलाद ते भी टिप्पणी कर दित्ती। मैं कहना अपनी अपनी वेख लो, इन्ना ही बहुत आ। पाड़ी मेरी औलाद यार, लैसन तुसीं दे दिओ, मैं भेज देंगा किसे दिन सारे इकट्ठे करके तुहाडे कोल। तुसीं उहनां नूं सुझाव दे दिओ कि यार तुसीं माड़े बंदे हो, ऐं करो। चन्नी नूं मैं तां नहीं पसंद कीता, मेरी पसंद नहीं सी चन्नी, मेरी पसंद तां कैप्टन अमरिंदर सिंह ही सी। जे प्रधान दी मैं गल करदा कि राजा फिर इहनां नूं राणा गुरजीत सिंह वधाई दिंदा, ते यार नवजोत सिद्धू भी तां उदां दा चुणिया प्रधान सीगा, किहने चुणिया सी? राणे नूं थोड़ी ना चुणिया सी। चीज़ ऐसी आ जिहड़ी नहीं हुई, जे हो जांदी फिर उहनां नूं भी वधाई दिंदे, जे सुखपाल सिंह खैरा बंदे प्रधान। राणा गुरजीत दे दिल च इच्छा सी प्रधान बनन दी। जिस दिन किसी ने बनाउणा होया ना, उदन राणे नूं भी नहीं पुछना। ਤੁਹਾਡਾ ਖਿਆਲ ਹੈ ਕਿ ਰਾਜੇ ਨੂੰ ਪੁੱਛਿਆ ਹੋਣਾ ਕਿਸੇ, ਤੇ ਤਿੰਨ ਪ੍ਰਧਾਨ ਬਣਾ ਦਈਏ? ਲੋਕ ਕਹਿੰਦੇ ਨੇ ਵੀ ਬੀਜੇਪੀ ਵਾਲੇ ਨਾਲ ਬਹੁਤ ਵਧੀਆ ਹੁੰਦਾ। ਹਾਂ ਮੇਰਾ ਹੈ ਵਧੀਆ, ਹੁਣ ਮੈਂ ਜਾ ਕੇ ਗੱਲ ਪਵਾਂ ਲੋਕਾਂ ਦੇ। ਮੇਰੀ ਮੇਰੀ ਬੜੀ ਜੁਆ ਸਲਾਮ ਵਧੀਆ, ਮੇਰੀ ਜੋਗੀ ਸਾਹਿਬ ਨਾਲ ਬਹੁਤ ਵਧੀਆ, ਤੇ ਮੇਰੀਆਂ ਚਾਰ ਪੰਜ ਮਿਲਾਂ ਨਾ। ਤੇ ਰਾਣਾ ਡਰਿਆ ਨਾ ਰਾਣਾ ਡਰੇਗਾ, ਪਰ ਡਰਾਂ ਤਾਂ ਜਿਵੇਂ ਚੋਰੀ ਕਰਦਾ, ਚੋਰੀ ਕਰਦਾ ਤੁਸੀਂ ਫੜ ਲਓ ਯਾਰ, ਰੌਲਾ ਕਰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟਾਕ ਵਿਦ ਰਤਨ। ਅਕਸਰ ਹੀ ਸਿਆਸਤ ਦੇ ਵਿੱਚ ਕਿਹਾ ਜਾਂਦਾ ਗਾ, ਸਿਆਸਤ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਜਿਹੜੀ ਸਿਆਸਤ ਆ ਕਹਿੰਦੇ ਬੜੀ ਚੰਦਰੀ ਚੀਜ਼ ਆ, ਪਾਵਰ, ਜਦੋਂ ਪਾਵਰ ਹੁੰਦੀ ਆ ਇਨਸਾਨ ਦੀ ਬੱਲੇ ਬੱਲੇ ਹੁੰਦੀ ਆ, ਚਾਰੇ ਪਾਸੇ ਤੁਹਾਨੂੰ ਸਲਾਮਾਂ ਹੁੰਦੀਆਂ ਗੀਆਂ, ਅਤੇ ਸਭ ਤੋਂ ਖਤਰਨਾਕ ਹੁੰਦਾ ਗਾ ਜਦੋਂ ਪਾਵਰ ਨਹੀਂ ਰਹਿੰਦੀ, ਫਿਰ ਸਭ ਤੋਂ ਵੱਡਾ ਸਿਆਪਾ ਵੀ ਤੁਹਾਡੇ ਪੱਲੇ ਪੈਂਦਾ ਗਾ, ਕੁਛ ਵੀ ਹੋ ਜਾਂਦਾ ਗਾ ਕਹਿੰਦੇ। ਪਰ ਜੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ, ਬੜੇ ਧੜੱਲੇਦਾਰ ਲੀਡਰ ਨੇ ਉਹ ਲੀਡਰ ਜਿਹੜੇ ਯੁਰਤ ਰੱਖਦੇ ਨੇ ਬੋਲਣ ਦੀ, ਗੱਲ ਮੂੰਹ 'ਤੇ ਕਹਿਣ ਦੀ, ਅਤੇ ਉਹਨਾਂ ਵਿੱਚੋਂ ਇੱਕ ਲੀਡਰ ਨੇ ਗੁਰਜੀਤ ਸਿੰਘ ਰਾਣਾ, ਰਾਣਾ ਗੁਰਜੀਤ ਸਿੰਘ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੰਜਾਬ ਬਾਰੇ, ਪੰਜਾਬ ਕਾਂਗਰਸ ਬਾਰੇ, ਅਤੇ ਪੰਜਾਬ ਦੀ ਨਵੀਂ ਸਰਕਾਰ ਬਾਰੇ। ਰਾਣਾ ਸਾਹਿਬ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ ਜੀ? ਬਹੁਤ ਵਧੀਆ, ਆਨੰਦ ਹੋ ਰਿਹਾ ਜੀ। ਸਭ ਤੋਂ ਪਹਿਲਾਂ ਕਮੈਂਟ ਤਾਂ ਮੈਂ ਲਊਂਗਾ, ਨਵੇਂ ਪ੍ਰਧਾਨ ਬਣੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਕੀ ਕਹਿਣਾ ਚਾਹੋਗੇ? ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਾਰਿਆਂ ਨਾਲੋਂ ਪਹਿਲਾਂ ਮੈਂ ਮੁਬਾਰਕਬਾਦ ਦਿਆਂਗਾ ਜੀ। ਉਹਨਾਂ ਨੂੰ ਪ੍ਰਧਾਨ ਸਾਡੀ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਨੇ ਚੁਣਿਆ ਜੀ, ਅਤੇ ਵਧਾਈ ਦੇ ਪਾਤਰ ਨੇ। ਉਹਨਾਂ ਦੇ ਨਾਲ ਆਸ਼ੂ ਜੀ ਨੂੰ ਵੀ ਬਰਾਬਰ ਦੀ ਵਧਾਈ। ਸਾਡੇ ਦੋ ਨੌਜਵਾਨ ਉਹਨਾਂ ਨੇ ਪ੍ਰਧਾਨ ਅਤੇ ਉਹਨਾਂ ਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਲਾਏ ਨੇ। ਇਸੇ ਤਰ੍ਹਾਂ CLP ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਨਾਲ ਰਾਜ ਡਾਕਟਰ ਰਾਜ ਚੱਬਿਆਲ, ਅਤੇ ਹਾਈ ਕਮਾਂਡ ਬੜਾ ਕੁਝ ਵੇਖ ਕੇ ਪਾਰਟੀ ਦੇ ਇੰਟਰਸਟ, ਸਟੇਟ ਦੇ ਇੰਟਰਸਟ 'ਚ, ਅਤੇ ਇਹ ਫੈਸਲੇ ਲੈਂਦੀ ਆ ਜੀ। ਇੰਡੀਵਿਜੁਅਲੀ ਹੋ ਸਕਦਾ ਕਿਸੇ ਨੂੰ ਨਾ ਪਸੰਦ ਹੋਵੇ, ਅਤੇ ਜਿਹਨੂੰ ਨਾ ਬਣਾਓਗੇ ਉਹ ਨਾ ਖੁਸ਼ ਹੋਏਗਾ। ਤੁਹਾਨੂੰ ਪਸੰਦ ਹੈ ਜੀ? ਮੈਨੂੰ ਤਾਂ ਪਾਰਟੀ ਦਾ ਹਰ ਹੁਕਮ ਪਸੰਦ ਆ। ਤੁਸੀਂ ਯਾਦ ਕਰਿਓ ਕਿ 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ CLP ਦੀ ਮੀਟਿੰਗ ਹੋਈ ਪੰਜਾਬ ਭਵਨ ਦੇ ਵਿੱਚ, ਜਦ ਤਾਈਂ ਮੈਂ CLP ਦਾ ਗੇਟ ਐਂਟਰ ਨਹੀਂ ਕੀਤਾ ਔਰ ਉੱਥੇ ਫੈਸਲਾ ਨਹੀਂ ਹੋ ਗਿਆ, ਉੱਥੇ ਫੈਸਲਾ ਕਿ ਵੀ ਸਾਰੇ ਅਖਤਿਆਰ ਸੋਨੀਆ ਜੀ ਨੂੰ ਦੇ ਦਿਓ, ਤਦ ਤਾਈਂ ਮੇਰੀ ਮਰਜ਼ੀ ਸੀ ਜੀ ਕਿ ਮੈਂ ਕਿਸੇ ਦੀ ਵੀ ਗੱਲ ਕਰਾਂ, ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਸੀ।
ਅਤੇ 5:30 ਵਜੇ ਫੈਸਲਾ ਸਾਰਿਆਂ ਨੇ ਯੂਨੈਨਮਸਲੀ ਲਿਆ ਕਿ ਇਹ ਅਖਤਿਆਰ ਆਪਾਂ ਸਾਰਿਆਂ ਨੇ ਸੋਨੀਆ ਜੀ ਨੂੰ ਦੇ ਦਿੱਤੇ ਅਤੇ ਰਾਣਾ ਵੀ ਉਹਨਾਂ 'ਚ ਸੀ ਅਤੇ ਚੰਨੀ ਨੂੰ ਮੈਂ ਤਾਂ ਨਹੀਂ ਪਸੰਦ ਕੀਤਾ ਮੇਰੀ ਪਸੰਦ ਨਹੀਂ ਸੀ ਚੰਨੀ ਮੇਰੀ ਪਸੰਦ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਸੀ ਚੰਨੀ ਨਾਲ ਮੇਰਾ ਕੋਈ ਪਿਆਰ ਨਹੀਂ ਸੀ ਇਹ ਜਾਣਦੇ ਹੋਏ ਵੀ ਉਹਨਾਂ ਨੇ ਕੰਮ ਨਹੀਂ ਕਰੇ 4.5 ਸਾਲ ਫਿਰ ਵੀ ਕੈਪਟਨ ਅਮਰਿੰਦਰ ਦੇਖੋ ਇਸ ਤਰ੍ਹਾਂ ਹੁੰਦਾ ਇਹ ਮਜ਼ੇਦਾਰ ਗੱਲ ਤੁਹਾਨੂੰ ਸੁਣਾਉਣਾ ਸਾਨੂੰ ਹਾਈਕਮਾਂਡ ਨੇ ਸੱਦਿਆ ਜੀ ਹਰੀਸ਼ ਰਾਵਤ ਜੀ ਵੀ ਉੱਥੇ ਸੀਗੇ ਮੈਂ ਉੱਤਰਾਖੰਡ ਦਾ ਜੰਪਲ ਆ ਪਹਿਲਾਂ ਯੂਪੀ ਸੀ ਹੁਣ ਉੱਤਰਾਖੰਡ ਆ ਜੀ ਅਤੇ ਉੱਥੇ ਗੱਲਾਂ ਬਾਤਾਂ ਪੱਕ ਪੇਸ਼ ਕਰਨ ਦੀ ਗੱਲ ਕੀਤੀ ਹਾਲਾਂਕਿ 3.5 ਸਾਲ ਮੈਨੂੰ ਕੈਪਟਨ ਅਮਰਿੰਦਰ ਸਿੰਘ ਨੇ ਤੜਫਾ ਕੇ ਜਲੀਲ ਕਰਕੇ ਰੱਖਿਆ ਲੇਕਿਨ ਮੈਂ ਤੜੇ ਦਾ ਉਹਦੇ ਦੱਸ ਜੀ ਬੰਦੇ ਨੂੰ ਤੜਾ ਨਹੀਂ ਛੱਡਣਾ ਚਾਹੀਦਾ ਔਰ ਮੈਂ ਉਸ ਹਾਈਕਮਾਂਡ ਨੂੰ ਵੀ ਆਪਣੇ ਤਿੰਨਾਂ ਬੰਦਿਆਂ ਨੂੰ ਦੱਸਿਆ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਾਂ ਜੀ ਮੇਰੇ ਨਾਲ ਉਹਨੇ ਕੋਈ ਚੰਗਾ ਨਹੀਂ ਕੀਤਾ ਲੇਕਿਨ ਮੈਂ ਉਸਦੇ ਧੜੇ 'ਚ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਕਿਉਂ ਜਾਵਾਂ ਜੀ 6 ਮਹੀਨੇ ਰਹਿ ਗਏ ਇਹ ਅਗਲਾ ਇੱਜ਼ਤ ਨਾ ਕਰ ਜਾਏ ਉੱਥੇ ਹਰੀਸ਼ ਰਾਵਤ ਜੀ ਬੈਠੇ ਸੀ ਮੈਂ ਕਿਹਾ ਜੀ ਹਰੀਸ਼ ਰਾਵਤ ਜੀ ਆ ਇਹ ਅੱਛੇ ਲੀਡਰ ਹੈ ਲੋਕ ਪ੍ਰਿਯ ਆ ਅਤੇ ਉੱਤਰਾਖੰਡ ਦੀ ਆਵਾਜ਼ ਆ ਲੇਕਿਨ ਇਹਨਾਂ ਨੂੰ ਪੁੱਛ ਲਓ ਸਾਡੇ ਜਨਰਲ ਸੈਕਟਰੀ ਮੈਂ ਕਦੇ ਮਿਲਣ ਇਹਨਾਂ ਨੂੰ ਗਿਆ ਇੱਕ ਦਿਨ ਘੱਟ ਸੀ ਕਾਲ ਕੀਤਾ ਜਿੱਦਣ ਪਹਿਲੇ ਦਿਨ ਪੰਜਾਬ ਬਤੌਰ ਜਨਰਲ ਸੈਕਟਰੀ ਇੰਚਾਰਜ ਆਏ ਜੀ ਕਿਉਂਕਿ ਮੇਰੇ ਪਿਤਾ ਜੀ ਔਰ ਨਾਰਾਇਣ ਦੱਤ ਤਿਵਾਰੀ ਨਾਰਾਇਣ ਦੱਤ ਤਿਵਾਰੀ ਸਾਡੇ ਪਿਤਾ ਜੀ ਦੀ ਔਰ ਉਹਨਾਂ ਦੇ ਸਾਥੀਆਂ ਦੇ ਬਣਾਏ ਹੋਏ MLA ਸੀ ਉਹਨਾਂ ਦੇ ਵਾਰ ਵਾਰ ਬਣਾਇਆ ਵਾਰ ਵਾਰ ਮੁੱਖ ਮੰਤਰੀ ਬਣਦੇ ਰਹੇ ਮੈਂ ਕਿਹਾ ਜੀ ਮੇਰੇ ਪਿਤਾ ਜੀ ਵੀ ਨਹੀਂ ਰਹੇ ਜੀ ਨਾਰਾਇਣ ਦੱਤ ਤਿਵਾਰੀ ਜੀ ਵੀ ਨਹੀਂ ਰਹੇ ਲੇਕਿਨ ਮੈਂ ਉਹਨਾਂ ਦਾ ਧੜੇ ਦੇ ਕਾਂਗਰਸੀ ਹਾਂ ਲੇਕਿਨ ਉਹਨਾਂ ਦੇ ਧੜੇ ਦਾ ਇਸ ਕਰਕੇ ਮੈਂ ਇਹਨਾਂ ਨੂੰ ਮਿਲਣ ਨਹੀਂ ਜਾਂਦਾ ਯਾਰ ਆਪਾਂ ਤਾਂ ਇਹ ਸੋਚਦੇ ਬੰਦੇ ਹਾਂ ਅਤੇ ਪੁੱਛ ਰਹੇ ਹੋ ਹਰੀਸ਼ ਰਾਵਤ ਨੂੰ ਤਾਂ ਰਾਣਾ ਜੀ ਕਿਤੇ ਕਿਤੇ ਇਹ ਗਲਤ ਨਹੀਂ ਲੱਗਦਾ ਅੰਦਰ ਝਾਤ ਮਾਰ ਕੇ ਨਹੀਂ ਦੇਖੀ ਆਪਦਾ ਆਪ ਖੰਗੋਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਲੋਕ ਨੁਮਾਇੰਦੇ ਚੁਣਦੇ ਨੇ ਲੋਕਾਂ ਲਈ ਤੁਸੀਂ ਚੁਣੇ ਜਾਂਦੇ ਹੋ ਫਿਰ ਧੜੇਬਾਜ਼ੀ ਚੱਲ ਪੈਂਦੀ ਆ ਦੇਖੋ ਧੜੇਬਾਜ਼ੀ ਵਿਦਿਨ ਦੀ ਪਾਰਟੀ ਫੋਰਮ ਅੱਜ ਨਹੀਂ ਹਮੇਸ਼ਾ ਔਰ ਹਰ ਪਾਰਟੀ 'ਚ ਹੁੰਦੀ ਆ ਉਹ ਜੱਗ ਜ਼ਾਹਿਰ ਨਹੀਂ ਹੋਣੀ ਚਾਹੀਦੀ ਇਹ ਬੰਦ ਕਮਰੇ ਦੇ ਵਿੱਚ ਹੋਣੀ ਚਾਹੀਦੀ ਆ ਔਰ ਜਿੱਥੇ ਦੀ ਪੰਜਾਬ ਦੇ ਹਿੱਤ ਦੀ ਗੱਲ ਮੁਲਕ ਦੇ ਹਿੱਤ ਦੀ ਗੱਲ ਉਹਦੇ ਤੋਂ ਆਪਾਂ ਕਦੇ ਪਿੱਛੇ ਹਟੇ ਨਹੀਂ ਚਾਹੇ ਕੈਪਟਨ ਅਮਰਿੰਦਰ ਸਿੰਘ ਜੀ ਵੀ ਸੀਗੇ ਉਹਨਾਂ ਨੂੰ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ ਪਰ ਵੋਟਾਂ ਤੋਂ ਪਹਿਲਾਂ ਤਾਂ ਕਾਂਗਰਸ ਦੀ ਜਿਹੜੀ ਧੜੇਬਾਜ਼ੀ ਆ ਉਹ ਜੱਗ ਜ਼ਾਹਿਰ ਕੀ ਕਾਂਗਰਸ ਦਾ ਤਾਂ ਜਿਹੜਾ ਕਾਟੋ ਕਲੇਸ਼ ਆ ਉਹ ਸਾਰੀ ਦੁਨੀਆ ਨੇ ਹੀ ਦੇਖਿਆ ਕਿਵੇਂ ਭਾਂਡੇ 'ਚ ਭਾਂਡਾ ਖੜਕਦਾ ਸੀ ਉਹਦਾ ਨੁਕਸਾਨ ਹੋਇਆ ਨਹੀਂ ਹੋਣਾ ਚਾਹੀਦਾ ਸੀ ਤੁਹਾਨੂੰ ਕੀ ਲੱਗਦਾ ਪ੍ਰਧਾਨ ਸਾਹਿਬ ਨੇ ਉਹ ਭੂਮਿਕਾ ਨਹੀਂ ਨਿਭਾਈ ਜਿਹੜੀ ਨਿਭਾਉਣੀ ਚਾਹੀਦੀ ਦੇਖੋ ਮੈਂ ਪ੍ਰਧਾਨ ਨਾ ਤਾਂ ਹੁਣ ਵਾਲੇ 'ਤੇ ਟਿੱਪਣੀ ਕੋਈ ਕਰਾਂਗਾ ਜੇ ਪ੍ਰਧਾਨ ਦੀ ਮੈਂ ਗੱਲ ਕਰਦਾ ਕਿ ਰਾਜਾ ਫਰਿੰਗ ਨੂੰ ਰਾਣਾ ਗੁਰਜੀਤ ਸਿੰਘ ਵਧਾਈ ਦਿੰਦਾ ਅਤੇ ਯਾਰ ਨਵਜੋਤ ਸਿੱਧੂ ਵੀ ਤਾਂ ਉੱਦਾਂ ਦਾ ਚੁਣਿਆ ਪ੍ਰਧਾਨ ਸੀਗਾ ਕਿਹਨੇ ਚੁਣਿਆ ਸੀ ਰਾਣੇ ਨੇ ਤੁਰ ਨਾ ਚੁਣਿਆ ਸੀ ਹਾਈਕਮਾਂਡ ਨੇ ਚੁਣਿਆ ਸੀ ਆਪਾਂ ਉਹਨੂੰ ਵੀ ਪ੍ਰਧਾਨ ਮੰਨਿਆ ਤੁਹਾਨੂੰ ਲੱਗਦਾ ਵੀ ਪ੍ਰਧਾਨ ਦੀ ਵੀ ਚੋਣ ਵੋਟਾਂ ਨਾਲ ਹੋਣੀ ਚਾਹੀਦੀ ਹੈ ਨਹੀਂ ਕੋਈ ਜ਼ਰੂਰੀ ਨਹੀਂ ਇਹ ਸੂਟੇਬਿਲਟੀ ਹੋਣੀ ਚਾਹੀਦੀ ਆ ਕਿ ਕਿਸ ਵੇਲੇ ਕਿਸ ਕਿਸਮ ਦਾ ਪ੍ਰਧਾਨ ਹੋਵੇ ਅੱਜ ਅਸੀਂ ਓਪੋਜੀਸ਼ਨ 'ਚ ਹਾਂ ਉੱਦਣ ਸਰਕਾਰ ਲਿਆਉਣ ਦੀ ਗੱਲ ਸੀਗੀ ਅੱਜ ਓਪੋਜੀਸ਼ਨ ਨਾਲ ਮੁੱਦਿਆਂ ਦੇ ਉੱਤੇ ਉਹਦਾ ਵਿਰੋਧ ਕਰਨ ਦੀ ਗੱਲ ਆ ਲੋਕਾਂ ਦੇ ਨਾਲ ਡਟ ਕੇ ਖੜ੍ਹੇ ਹੋਣ ਦੀ ਗੱਲ ਆ ਅਤੇ ਜਦੋਂ ਵੀ ਕੋਈ ਇਲੈਕਸ਼ਨ ਹਾਰਦਾ ਜੀ ਪ੍ਰਧਾਨ ਅਸਤੀਫਾ ਦੇ ਦਿੰਦਾ ਜੀ ਸਿੱਧੂ ਸਾਹਿਬ ਨੇ ਵੀ ਅਸਤੀਫਾ ਦਿੱਤਾ 6 ਸਟੇਟਾਂ ਦੇ ਅਸਤੀਫੇ ਮੰਗੇ ਗਏ ਸੀ ਜੀ ਸਿੱਧੂ ਸਾਹਿਬ ਨੇ ਵੀ ਅਸਤੀਫਾ ਦੇ ਦਿੱਤਾ ਉਹਦੇ ਬਾਅਦ ਤਾਂ ਹੁਣ ਹਾਈਕਮਾਂਡ ਦੀ ਮਰਜ਼ੀ ਹੈ ਨਾ ਜਿਹਨੂੰ ਬਣਾ ਦੇ ਜੇ ਤੁਹਾਡੀ ਗੱਲ ਕਰਦੇ ਕੋਈ ਮਤਭੇਦ ਰਹੇ ਸਿੱਧੂ ਸਾਹਿਬ ਨਾਲ ਬਿਲਕੁਲ ਕੋਈ ਮਤਭੇਦ ਨਹੀਂ ਪ੍ਰਧਾਨ ਨਾਲ ਕਦੇ ਕਿਸੇ ਦੇ ਮਤਭੇਦ ਹੋ ਸਕਦੇ ਆ ਜੇ ਪਾਰਟੀ 'ਚ ਰਹਿਣਾ ਤਾਂ ਪ੍ਰਧਾਨ ਨਾਲ ਕੋਈ ਮਤਭੇਦ ਨਹੀਂ ਮਾੜੀ ਮੋਟੀ ਨਿੱਜੀ ਤੌਰ 'ਤੇ ਕਹਿੰਦੇ ਬੜੇ ਗਲੇ ਸ਼ਿਕਵੇ ਸੀ ਉਹ ਯਾਰ ਉਹ ਥੋੜ੍ਹੇ ਬਹੁਤ ਕੰਮ ਕਰਦਿਆਂ ਇੱਕ ਦੂਜੇ ਨਾਲ ਹੋ ਜਾਂਦੇ ਆ ਬਟ ਜੇ ਕਹੋ ਮੈਂ ਪ੍ਰਧਾਨ ਜੀ ਦੇ ਉਲਟ ਸੀ ਮੈਂ ਪ੍ਰਧਾਨ ਦੇ ਉਲਟ ਨਹੀਂ ਸੀ ਤੁਹਾਨੂੰ ਕੀ ਲੱਗਦਾ ਜਿਹੜਾ ਕਾਂਗਰਸ ਨੇ ਇੱਕ ਨਵੀਂ ਚੀਜ਼ ਚਲਾਈ ਆ ਇੱਕ ਜੱਟ ਸਿੱਖ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਜਾਂ SC ਹੋਣਾ ਚਾਹੀਦਾ ਸੀ ਫਿਰ ਇੱਕ ਹਿੰਦੂ ਦਾ ਨਾਮ ਵੀ ਆਇਆ ਸੁਨੀਲ ਕੁਮਾਰ ਜਾਖੜ ਜਿਨ੍ਹਾਂ ਦੇ ਹੱਕ 'ਚ ਤੁਸੀਂ ਵੀ ਵੋਟ ਪਾਇਆ ਉਹ 42 ਦੇ ਵਿੱਚ ਕਹਿੰਦੇ ਤੁਸੀਂ ਵੀ ਸੀ ਤੁਸੀਂ ਮੰਨੇ ਵੀ ਹੋ ਵੀ ਮੈਂ ਵੋਟ ਪਾਇਆ ਸੁਨੀਲ ਜਾਖੜ ਮੈਂ ਜੇ ਮੈਨੂੰ ਪੁੱਛਿਆ ਗਿਆ ਤਾਂ ਮੈਂ ਕਿਹਾ ਕਿ ਵੀ ਮੈਨੂੰ ਸੁਨੀਲ ਜਾਖੜ ਠੀਕ ਲੱਗਦਾ ਅਤੇ ਬਣ ਗਿਆ ਚੰਨੀ ਸਾਹਿਬ ਤਾਂ ਕੀ ਚੰਨੀ ਸਾਹਿਬ ਦੇ ਨਾਲ ਮੈਂ ਕੰਮ ਨਹੀਂ ਕੀਤਾ ਕੀ ਮੈਂ ਉਹਨਾਂ ਦਾ ਵਿਰੋਧ ਕੀਤਾ ਕੋਈ ਬੰਦਾ ਦੱਸ ਦੇਵੇ ਯੂ ਹੈਵ ਟੂ ਤੁਸੀਂ ਆਪਣੀ ਭਾਵਨਾ ਪਾਰਟੀ ਦੇ ਕੋਲ ਰੱਖ ਸਕਦੇ ਹੋ ਜੀ ਉਹ ਪੁੱਛਣ ਤਾਂ ਉਹਨਾਂ ਨੇ ਪੁੱਛਿਆ
ਉਹ ਰੱਖੀ ਨਾ ਵੀ ਪੁੱਛਣ ਤੇ ਬੰਦ ਕਮਰੇ 'ਚ ਜੋ ਮਰਜ਼ੀ ਗੱਲ ਕਰੋ ਪਾਰਟੀ ਹਾਈ ਕਮਾਂਡ ਨਾਲ ਮੀਡੀਆ ਦੇ ਵਿੱਚ ਪਾਰਟੀ ਇਜ਼ ਸੁਪਰੀਮ ਉਹਨਾਂ ਦਾ ਫੈਸਲਾ ਰਾਣਾ ਦਾ ਮੰਨਦਾ ਬਈ ਪਰ ਜਿਹੜਾ ਇਹ ਕਾਸਟ ਵਾਲਾ ਕੰਮ ਚੱਲ ਪਿਆ ਸੀ ਇਹ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਖਾਸ ਕਰਕੇ ਕਾਸਟ ਵਾਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ ਸਾਡੇ ਤਾਂ ਗੁਰੂ ਦੱਸ ਗਏ ਕਿ ਸਾਰੇ ਇੱਕੋ ਜਿਹੇ ਆ ਅਤੇ ਜਿਹਨੂੰ ਬਣਾ ਦੇਵੇ ਪ੍ਰਧਾਨ ਜਿਹਨੂੰ ਬਣਾ ਦੇਣ ਮੁੱਖ ਮੰਤਰੀ ਬਈ ਸਰ ਪਰਵਾਹੀ ਹੋਣੀ ਚਾਹੀਦੀ ਲੋਕਾਂ ਦੀ ਲੋਕਾਂ ਨੇ ਲੋਕ ਅਸੈਪਟ ਕਰਦੇ ਅਤੇ ਲੋਕ ਇਨਕਾਰਦੇ ਨੇ ਚਲੋ ਬਹੁਤ ਗੱਲਾਂ ਜਿਹੜੀਆਂ ਨਹੀਂ ਵੀ ਹੁੰਦੀਆਂ ਇੱਕ ਚੀਜ਼ ਐਸੀ ਆ ਜਿਹੜੀ ਨਹੀਂ ਹੋਈ ਜੇ ਹੋ ਜਾਂਦੀ ਫਿਰ ਉਹਨਾਂ ਨੂੰ ਵੀ ਵਧਾਈ ਦਿੰਦੇ ਜੇ ਸੁਖਪਾਲ ਸਿੰਘ ਖਹਿਰਾ ਬੰਦੇ ਪ੍ਰਧਾਨ ਜਾਂ ਸੀ ਐਲ ਪੀ ਲੀਡਰ ਜੇ ਪਾਰਟੀ ਬਣਾ ਦਿੰਦੀ ਯਾਰ ਮੈਂ ਕਿਉਂ ਨਾ ਵਧਾਈ ਦਿੰਦਾ ਮੇਰੇ ਮਤਭੇਦ ਹੋ ਸਕਦੇ ਆ ਜੀ ਰਾਣਾ ਗੁਰਜੀਤ ਸਿੰਘ ਉਹਨਾਂ ਬੰਦਿਆਂ 'ਚੋਂ ਨਹੀਂ ਦੇਖੋ ਵਿਰੋਧ ਕਰਨ ਦੇ ਹੋਰ ਬੜੇ ਮੌਕੇ ਆਉਂਦੇ ਆ ਜ਼ਿੰਦਗੀ 'ਚ ਇਹ ਜ਼ਰੂਰੀ ਤਾਂ ਨਹੀਂ ਜਿੱਦਣ ਪ੍ਰਧਾਨ ਬਣ ਜਾਏ ਉੱਦਣ ਹੀ ਵਿਰੋਧ ਉਹਦਾ ਕਰਨ ਲੱਗ ਪਵਾਂ ਹਾਂ ਇਹ ਨਹੀਂ ਗੱਲ ਅਸੈਪਟ ਕਰੋ ਨਾਲ ਚੱਲੋ ਅਤੇ ਇਟਸ ਟੀਮ ਵਰਕ ਜੇ ਉਹ ਬਣਦਾ ਤਾਂ ਮੈਂ ਉਹਨੂੰ ਵੀ ਵਧਾਈ ਦੇ ਦਿੰਦਾ ਰਾਣਾ ਗੁਰਜੀਤ ਦੇ ਦਿਲ 'ਚ ਇੱਛਾ ਸੀ ਪ੍ਰਧਾਨ ਬਣਨ ਦੀ ਇੱਛਾ ਕਦੇ ਨਹੀਂ ਹੋਈ ਪ੍ਰਧਾਨ ਬਣਨ ਦੀ ਸੱਚ ਦੱਸੋ ਨਹੀਂ ਸੱਚ ਦੱਸ ਰਹੇ ਔਰ ਜਿੱਦਣ ਕਿਸੇ ਨੇ ਬਣਾਉਣਾ ਹੋਇਆ ਨਾ ਉਦਣ ਰਾਣੇ ਨੂੰ ਵੀ ਨਹੀਂ ਪੁੱਛਣਾ ਤੁਹਾਡਾ ਖਿਆਲ ਹੈ ਕਿ ਰਾਜੇ ਨੂੰ ਪੁੱਛਿਆ ਹੋਣਾ ਕਿਸੇ ਤੇ ਤਿੰਨ ਪ੍ਰਧਾਨ ਬਣਾ ਦਈਏ ਬਣਾ ਕੇ ਭੇਜਿਆ ਹੁਣ ਪ੍ਰਧਾਨ ਮੰਨ ਲਈਏ ਯਾਰ ਰੌਲਾ ਕਾਹਦਾ ਵੈਸੇ ਜੇ ਆਪਾਂ ਦੇਖਦੇ ਹਾਂ ਵਿਰੋਧੀਆਂ ਦੀ ਵੀ ਗੱਲ ਕਰਾਂਗੇ ਸਰਕਾਰ ਦੀ ਵੀ ਗੱਲ ਕਰਾਂਗੇ ਕਾਂਗਰਸ ਦਾ ਭਵਿੱਖ ਕਿਹੋ ਜਿਹਾ ਦੇਖਦੇ ਹੋ ਕਾਂਗਰਸ ਦਾ ਭਵਿੱਖ ਬੜਾ ਕਈ ਵਾਰ ਇੱਦਾਂ ਪਿੰਡ ਆਊਂਗਾ ਜੀ ਇਸ ਵਾਰ ਅਸੀਂ 18 ਹਾਂ 19 ਨਾ ਮੰਨੋ ਵੈਸੇ ਤਾਂ 19 ਵੀ ਹਾਂ ਲੇਕਿਨ 18 ਹੀ ਮੰਨ ਲਓ ਨਹੀਂ 18 ਹੀ ਮੰਨ ਲਓ ਉਹਦੀ ਸੀਟ ਵੱਖਰੀ ਹੈ 19ਵੀਂ ਦੀ ਅਤੇ ਉਹ ਆਜ਼ਾਦ ਦਲ ਪੈਂਦਾ ਅਤੇ ਮੇਰਾ ਕਹਿਣ ਦਾ ਮਤਲਬ ਹੈ ਜੀ 14 ਤੋਂ 97 ਦੇ ਵਿੱਚ 14 ਸੀ ਜੀ 2002 'ਚ ਅਸੀਂ 62-63 ਹੋਏ ਫਿਰ ਅਸੀਂ ਫਿਰ 10 ਸਾਲ ਹੀ ਗਾਇਬ ਹੋ ਗਏ ਲੋਕਾਂ ਨੇ ਨਹੀਂ ਸਾਨੂੰ ਚਾਂਸ ਦਿੱਤਾ ਅਕਾਲੀ ਦਲ ਨੂੰ ਚਾਂਸ ਦਿੱਤਾ ਇਹ ਉਤਰਾਓ ਚੜਾਓ ਰਾਜਨੀਤੀ ਦਾ ਹਿੱਸਾ ਨਾ ਤਾਂ ਕੋਈ ਬਹੁਤ ਜ਼ਿਆਦਾ ਖੁਸ਼ ਹੋਣਾ ਚਾਹੀਦਾ ਜਿੱਤਣ 'ਤੇ ਨਾ ਬਹੁਤ ਨਿਰਾਸ਼ ਹੋਣਾ ਚਾਹੀਦਾ ਹੁਣ ਤੁਸੀਂ ਮਲੂਕਾ ਸਾਹਿਬ ਦੀ ਮੇਰੇ ਨਾਲ ਗੱਲ ਕੀਤੀ ਕਿ ਉਖੜੇ ਮੱਥੇ ਉਹਨਾਂ ਨੇ ਹਾਰ ਸਵੀਕਾਰ ਕੀਤੀ ਯਾਰ ਹਾਰਾਂ ਜਿੱਤਾਂ ਜ਼ਿੰਦਗੀ ਦਾ ਇੱਕ ਆਉਣਾ ਜਾਣਾ ਹਾਰਾਂ ਵੀ ਜੇ ਜਿੱਤਾਂ ਚਲੇ ਜਾਂਦੀਆਂ ਤਾਂ ਹਾਰਾਂ ਵੀ ਚਲੇ ਜਾਂਦੀਆਂ ਜਿਹੜੀ ਚੀਜ਼ ਉੱਪਰ ਗਈ ਉਹਨੇ ਥੱਲੇ ਆਉਣਾ ਜਿਹੜੀ ਥੱਲੇ ਆ ਉਹਨੇ ਉੱਪਰ ਜਾਣਾ ਇਹ ਸੋਚ ਕੇ ਚੱਲੇ ਰਹੋ ਆਪਣੇ ਚਿਹਰੇ 'ਤੇ ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਇਲੈਕਸ਼ਨ ਦੌਰਾਨ ਲੱਗਿਆ ਹੋਵੇ ਕਿ ਇਲੈਕਸ਼ਨ ਲੜ ਰਹੇ ਹਾਂ ਉਦੋਂ ਵੀ ਉੱਦਣ ਵੀ ਇੱਦਾਂ ਦਾ ਹੀ ਹੋਊਗਾ ਤੁਹਾਨੂੰ ਮਹਿਸੂਸ ਹੋਇਆ ਅੱਜ ਵੀ ਇੱਦਾਂ ਦਾ ਹੀ ਆ ਪਰ ਇਹ ਸਵਾਲ ਕਿਉਂ ਆ ਜਾਂਦਾ ਤੁਹਾਡੇ ਨਾਲ ਖਾਸ ਕਰਕੇ ਤੁਸੀਂ ਵੀ ਗੱਲ ਕਰ ਰਹੇ ਸੀ ਜਿਹੜਾ ਘਮੰਡ ਨੂੰ ਲੈ ਕੇ ਵੀ ਰਾਣਾ ਗੁਰਜੀਤ ਜਾਂ ਰਾਣਾ ਪਰਿਵਾਰ ਇੱਕ ਘਮੰਡੀ ਨੇ ਘਮੰਡ ਬੜਾ ਕਰਦੇ ਨੇ ਇਹ ਚੀਜ਼ ਕਿਉਂ ਇਹ ਇਮੇਜ ਕਿਉਂ ਚਲੀ ਗਈ ਚਲੋ ਇਹ ਤਾਂ ਲੋਕਾਂ ਦੀ ਸੋਚ ਆ ਲੀਡਰਸ਼ਿਪ ਦੇਖੋ ਪਰਸੈਪਸ਼ਨ ਬਣਾਉਣਾ ਅੱਛੇ ਕਲਾਕਾਰ ਦਾ ਫਰਜ਼ ਹੁੰਦਾ ਲੀਡਰ ਵੀ ਕਲਾਕਾਰਾਂ ਨੂੰ ਘੱਟ ਨਹੀਂ ਹੁੰਦੇ ਪਰਸੈਪਸ਼ਨ ਬਣਾ ਦਿੰਦੇ ਆ ਜਿਹੜੇ ਤਾਂ ਮੇਰੀ ਕੌਨਸਟੀਚੁਐਂਸੀ ਵਾਲੇ ਆ ਉਹ ਰਾਣੇ ਨੂੰ ਘਮੰਡੀ ਨਹੀਂ ਕਹਿਣਗੇ ਜੀ ਜੇ ਮੈਨੂੰ ਘਮੰਡੀ ਮੰਨਦੇ ਹੁੰਦੇ ਅਤੇ ਸੁਲਤਾਨਪੁਰ 'ਚ ਜਿਤਾ ਦਿੰਦੇ ਇੰਡੀਪੈਂਡੈਂਟ ਯਾਰ ਇਹ ਸਰਟੀਫਿਕੇਟ ਆ ਆਪਣੇ ਆਪ 'ਚ ਤੁਸੀਂ ਦੱਸੋ ਆਜ਼ਾਦ ਇਸ ਹਵਾ 'ਚ ਜਿੱਤ ਸਕਦਾ ਸੀ ਜਾਂ ਜਿੱਤਿਆ ਕੋਈ ਇਹ ਘਮੰਡ ਦੀ ਨਹੀਂ ਇਹ ਬਾਬੇ ਨਾਨਕ ਨੇ ਜਿਤਾਇਆ ਸੋ ਨਿਮਰਤਾ ਨਾਲ ਆਪਾਂ ਚੱਲੀਦਾ ਹਾਂ ਠੀਕ ਹੈ ਪੇਚਾ ਪੂਚਾ ਫਸ ਜਾਂਦਾ ਜੇ ਕੋਈ ਫਸਾਵੇ ਤਾਂ ਫਿਰ ਫਸਾਈ ਰੱਖੀਦਾ ਉਹਨੂੰ ਘਮੰਡ ਸਮਝ ਲਓ ਜਾਂ ਬਹੁਤ ਫਸਾਉਣੇ ਹੋ ਨਹੀਂ ਹਾਂ ਮੈਂ ਨਹੀਂ ਫਸਾਉਂਦਾ ਧੱਕੇ ਨਾਲ ਫਸਦੇ ਨੇ ਫਸ ਜਾਂਦੇ ਆ ਹੋ ਜਾਂਦੇ ਆ ਉਹਨਾਂ ਨੂੰ ਖਤਮ ਕਰਨਾ ਚਾਹੀਦਾ ਅੱਗੇ ਚੱਲਣਾ ਚਾਹੀਦਾ ਫਿਰ ਇਹ ਵੀ ਆ ਵੀ ਧੱਕੇਸ਼ਾਹੀ ਵੀ ਕਰਦੇ ਬੋਲੋ ਕਿੱਥੇ ਕੀਤੀ ਕੋਈ ਬੰਦਾ ਦੱਸ ਦੇ ਰਾਣੇ ਨੇ ਧੱਕੇਸ਼ਾਹੀ ਕਿਸੇ ਨਾਲ ਕੀਤੀ ਹੋਵੇ ਮੇਰੇ ਹਲਕੇ ਚੱਲ ਕੇ ਪੁੱਛ ਲਓ ਜੇ ਧੱਕੇਸ਼ਾਹੀ ਕਰਦਾ ਤਾਂ ਏਡੀ ਤੇਜ਼ ਹਵਾ 'ਚ 8ਵੀਂ ਵਾਰ ਜਿੱਤ ਜਾਂਦਾ ਮੈਂ 8ਵੀਂ ਵਾਰ ਜਿੱਤਿਆ ਜੀ ਮੈਂ ਉੱਥੋਂ ਇੱਕ ਵਾਰ MLA ਜਿੱਤਿਆ ਫਿਰ ਮੈਂ MP ਜਿੱਤਿਆ ਫਿਰ ਸੁੱਖੀ ਰਾਣਾ ਜਿੱਤੀ ਉਹ ਮੇਰੇ ਖਾਤੇ 'ਚ ਹੀ ਹੈ ਫਿਰ ਮੇਰੀ ਵਾਈਫ ਜਿੱਤੀ ਫਿਰ ਮੈਂ ਜਿੱਤਿਆ MLA ਫਿਰ ਮੈਂ ਜਿੱਤਿਆ MLA ਫਿਰ ਮੈਂ ਉੱਥੋਂ ਆਪਣਾ MP ਲੜਿਆ ਅਤੇ ਫਿਰ ਮੈਂ ਆਪਣੇ ਹਲਕੇ 'ਚ 8,500 'ਤੇ ਜਿੱਤਿਆ ਉਹਦੇ ਬਾਅਦ ਫਿਰ MLA ਬਣਿਆ ਮਤਲਬ ਚੌਥੀ ਵਾਰ MLA ਇੱਕ ਵਾਰ MP ਮੇਰੀ ਘਰਵਾਲੀ ਮੇਰੀ ਅਸਿਸਟੈਂਟ ਲਾਓ ਹੈ ਔਰ ਮੈਂ MP ਜਿੱਥੋਂ ਹਾਰਿਆ ਸਾਰੇ ਇਲਾਕੇ 'ਚੋਂ 8,500 ਤੋਂ ਆਪਣੇ ਹਲਕੇ ਜਿੱਤਿਆ ਇਹ ਯਾਰ ਲੋਕਾਂ ਦਾ ਆਸ਼ੀਰਵਾਦ ਹੈ ਲੋਕਾਂ ਦਾ ਪਿਆਰ ਹੈ
जे तुसी गल करदे हो भी कांग्रेस कोले वैसे तो 18-19 भी मान ही लो सोडे तुसी अपने बेटे की गल करदे हो राणा इंद्र प्रताप की की लगता कदों शामिल करा रहे हो फिर पार्टी ये तो पार्टी की जिदन मर्जी होगी सुनेहा भेज देंगे तो वो हाजिर है पर सोडे बनी तो यह कहें भी मर्जी राणा साहब की चलती है वड्डे राणा साहब की मर्जी चलती है यार ये पार्टी मान तान दिंदी है तो मैं क्यों मना करा बिल्कुल पार्टी गल मेरी मानती है हाई कमांड मानती है ਟਿਕਟ ਵਾਸਤੇ ਵੀ ਅਪਰੋਚ ਕੀਤਾ ਸੀ ਵੀ ਟਿਕਟ ਮਿਲੇ ਮੈਂ ਅਪਲਾਈ ਮੇਰੇ ਬੇਟੇ ਨੇ ਕੀਤਾ ਸੀ ਲੇਕਿਨ ਉਹਨੂੰ ਟਿਕਟ ਨਹੀਂ ਮਿਲੀ ਫਿਰ ਲੋਕਾਂ ਦੀ ਆਵਾਜ਼ ਸੀ ਕਿ ਆਜ਼ਾਦ ਲੜੋ ਪਰ ਉਹ ਸਾਡੇ ਏਰੀਏ 'ਚ ਇੱਧਰ ਬਠਿੰਡੇ ਵਾਲੇ ਪਾਸੇ ਕਹਿੰਦੇ ਜੈਕ ਵੀ ਕਹਿੰਦੇ ਬਹੁਤ ਲਾਏ ਸੀ ਤੁਸੀਂ ਬਣਿਆ ਨਹੀਂ ਕੰਮ ਨਹੀਂ ਬਣਦਾ ਕਈ ਦਫ਼ਾ ਲਾਏ ਸੀ ਨਹੀਂ ਜੈਕ ਤਾਂ ਯਾਰ ਸਾਡੇ ਜੇ ਮੇਰੀ ਵਾਕਫੀ ਤਾਂ ਮੇਰੇ ਜੈਕ ਹੀ ਆ ਹਰੇਕ ਦੇ ਹੁੰਦੇ ਆ ਹਰ ਪਾਰਟੀ 'ਚ ਹੁੰਦੇ ਜੈਕ ਜੈਕ ਫੇਲ ਵੀ ਹੋ ਜਾਂਦੇ ਆ ਜੀ ਲੇਕਿਨ ਅਖੀਰ 'ਚ ਜਨਤਾ ਤਾਂ ਨਹੀਂ ਫੇਲ ਹੋਈ ਉਹਨਾਂ ਚੁਣ ਲਿਆ ਉਹਨਾਂ ਨੇ ਮਨਮਰਜ਼ੀ ਕਰ ਲਈ ਆਪਣੀ ਰਾਣੇ ਦੀ ਕੋਈ ਮਨਮਰਜ਼ੀ ਨਹੀਂ ਲੋਕਾਂ ਦੀ ਆਵਾਜ਼ ਸੀ ਕਿ ਆਪਣੇ ਬੇਟੇ ਨੂੰ ਜ਼ਰੂਰ ਖੜਾ ਕਰ ਹੋਏ ਸਾਡੇ ਵੱਲ ਵੇਖ ਲੋਕਾਂ ਨੇ ਸਾਬਤ ਕੀਤਾ ਯਾਰ ਉਹ ਜਮਾਨਤ ਜ਼ਬਤ ਹੋਈ ਚਲੋ ਹੁਣ ਉਹਦੇ 'ਤੇ ਨਹੀਂ ਗੱਲ ਆਪਾਂ ਕਰਨੀ ਆਪਣਾ ਉਹਦੇ ਨਾਲ ਵੀ ਉਹ ਵੀ ਆਪਣਾ ਪੁੱਤਰ ਹੈ ਹੋ ਗਿਆ ਜੋ ਹੋਣਾ ਸੀ ਇਲੈਕਸ਼ਨ ਲੜ ਲਈ ਜਿੱਤ ਗਿਆ ਹੁਣ ਲੋਕਾਂ ਦੇ ਕੰਮ ਕਰੇ ਤੁਸੀਂ ਕਿਹਾ ਜੋ ਹੋ ਗਿਆ ਹੋਣਾ ਸੀ ਜਿਹੜਾ ਕੁਛ ਉਦਣ ਵਿਧਾਨ ਸਭਾ 'ਚ ਹੋਇਆ ਉਹ ਕਿਵੇਂ ਸੀ ਜਦੋਂ ਤੁਹਾਨੂੰ ਕਿਹਾ ਗਿਆ ਵੀ ਪਤਾ ਗਈਆਂ ਮਿੱਲਾਂ ਚੱਲਦੀਆਂ ਦੇਖੋ ਮਿੱਲਾਂ ਜਦੋਂ ਮੈਂ ਮਿੱਲ ਲਈ ਨਾ ਜੀ ਉਹ ਅੱਤਵਾਦ ਦਾ ਜ਼ੋਰ ਸੀ 1990 'ਚ ਕੋਈ ਅੰਮ੍ਰਿਤਸਰ ਜ਼ਿਲ੍ਹੇ 'ਚ ਐਂਟਰ ਨਹੀਂ ਕਰਦਾ ਹੁੰਦਾ ਸੀ ਬਿਆਸ ਦਰਿਆ ਟੱਪਣ ਤੋਂ ਪਹਿਲਾਂ ਸੋਚਦਾ ਸੀ ਦੋ ਟੱਪਾਂਗੇ ਨਾ ਟੱਪਾਂ ਔਰ ਮੈਨੂੰ ਮੇਰੇ ਸਾਥੀਆਂ ਨੇ ਸਾਥੀਆਂ ਦੀ ਕੀ ਗੱਲ ਕਰਾਂ ਮੈਂ ਆਪਣੀ ਮਾਤਾ ਦੀ ਗੱਲ ਕਰਦੀ ਹਾਂ ਮੇਰੀ ਮਾਤਾ ਨੇ ਕਿਹਾ ਪੁੱਤ ਆਪਣੇ ਕੋਲ ਸਾਰਾ ਕੁਛ ਤਾਂ ਹੈਗਾ ਅਤੇ ਪਾਪਾ ਕਿਉਂ ਜਾ ਕੇ ਤੂੰ ਅੱਤਵਾਦ ਦੇ ਗੜ੍ਹ 'ਚ ਜਾ ਕੇ ਮਿਲ ਲਾਉਣੀ ਚਾਹੁੰਦਾ ਮੈਂ ਕਿਹਾ ਮਾਤਾ ਜੇ ਸਾਰਾ ਕੰਮ ਠੀਕ ਹੋਵੇ ਨਾ ਹਾਲਾਤ ਪੀਸਫੁੱਲ ਹੋਣ ਇਹ ਲਾਈਸੈਂਸ ਹੀ ਰਾਜ ਸੀ ਉਦੋਂ ਲਾਈਸੈਂਸ ਨਹੀਂ ਮਿਲਦਾ ਹੁੰਦਾ ਸੀ ਸ਼ੁਕਰ ਮਿਲਦਾ ਮੈਂ ਕਿਹਾ ਕਿਸੇ ਗੁਪਤ ਆ ਕਿਸੇ ਬੰਸਲ ਕਿਸੇ ਓਸਵਾਲ ਇਹਨਾਂ ਲੋਕਾਂ ਨੇ ਉਹ ਮਿਲ ਲਾਉਣੀ ਸੀ ਰਾਣੇ ਨੂੰ ਕਿਹਨੇ ਪੁੱਛਣਾ ਸੀ ਉਹ ਐਡਵਰਟਾਈਜ਼ ਲਾਈਸੈਂਸ 3 ਵਾਰ ਕੀਤਾ ਜੀ ਤਿੰਨੋਂ ਵਾਰ ਉਹ 'ਤੇ ਬਿੱਡ ਨਹੀਂ ਆਈ ਕੋਈ ਬੰਦਾ ਤਿਆਰ ਨਹੀਂ ਹੋਇਆ ਫਿਰ ਮੈਂ ਕਿਹਾ ਯਾਰਾ ਜਿੱਦਾਂ ਦੇ ਲੋਕ ਹੈ ਉੱਦਾਂ ਦਾ ਬਣ ਜਾ ਫਿਰ ਆਪਾਂ ਮਨ ਬਣਾ ਲਿਆ ਮਨ ਬਣਾ ਕੇ ਡੇਰਾ ਡਾਹ ਤਾ ਫਿਰ ਐਵਰੀਥਿੰਗ ਫੈਲ ਇਨ ਲਾਈਨ ਮੈਂ ਵੱਧਦਾ ਗਿਆ ਅੱਗੇ ਨੂੰ ਸਮੇਂ ਠੀਕ ਹੁੰਦਾ ਗਿਆ ਸਭ ਕੁਛ ਹੋ ਗਿਆ 2 ਸਾਲ 1.5 ਸਾਲ ਅੱਤਵਾਦ ਦਾ ਕੱਟਿਆ ਯਾਰ ਤੁਸੀਂ ਮੇਰੇ ਪਿਛੋਕੜ ਨੂੰ ਵੇਖੋ ਕਿ ਮੈਂ ਕੀ ਹਾਂ ਮੇਰੇ ਦਾਦਾ ਜੀ 1910 ਦੇ ਵਿੱਚ ਨਿਊਜ਼ੀਲੈਂਡ ਚਲ ਜਾਂਦੇ ਆ 1912 'ਚ ਮੇਰੇ ਵੱਡੇ ਤਾਇਆ ਜੀ ਚਲ ਜਾਂਦੇ ਆ 1920 'ਚ ਮੇਰੇ ਛੋਟੇ ਤਾਇਆ ਜੀ ਚਲ ਜਾਂਦੇ ਆ 1930 'ਚ ਮੇਰੇ ਪਿਤਾ ਜੀ ਚਲ ਜਾਂਦੇ ਆ ਨਿਊਜ਼ੀਲੈਂਡ ਯਾਰ ਮਿਹਨਤਾਂ ਕੀਤੀਆਂ ਉੱਥੇ ਕਿਤੇ ਜਾਂਦਿਆਂ ਨੂੰ ਇਹਨਾਂ ਲਈ ਹਾਰ ਲੈ ਕੇ ਖੜੇ ਸੀ ਕਿ ਵੀ ਆਹ ਕੁਰਸੀ ਪਈ ਹੈ ਅਤੇ ਤੁਸੀਂ ਇਹਦੇ 'ਤੇ ਬਹਿ ਜਾਓ ਵੀ ਮਿਹਨਤਾਂ ਕੀਤੀਆਂ ਜੀ ਮਿਹਨਤਾਂ ਕਰਕੇ ਉੱਥੇ ਡੇਅਰੀ ਫਾਰਮ ਬਣਾਇਆ ਆਲੂਆਂ ਦਾ ਫਾਰਮ ਬਣਾਇਆ ਮੁਲਕ ਆਜ਼ਾਦ ਹੋਣ ਦੀ ਜਦੋਂ ਪਤਾ ਲੱਗਾ ਕਿ ਆਜ਼ਾਦ ਹੋਣ ਲੱਗਾ ਉਹ ਮੁਲਕ ਛੱਡ ਕੇ ਆ ਗਏ ਉਹਦੇ ਇਲਾਵਾ ਯੂਪੀ ਫਿਰ ਸਿੰਧ ਕਦੇ ਗਏ ਜ਼ਮੀਨ ਲੈਣੀ ਕਦੇ ਕਿਤੇ ਗਏ ਜਾਂ ਕਿ ਯੂਪੀ 'ਚ ਸੈਟਲ ਹੋਏ ਅਤੇ ਯੂਪੀ ਸੈਟਲ ਹੋਣਾ 1948 'ਚ ਕਿਤੇ ਖਾਲਾ ਜੀ ਦਾ ਬੜਾ ਸੀ ਲੋਕ ਕਹਿੰਦੇ ਇਹ ਜਾ ਤਾਂ ਰਹੇ ਆ ਮਲੇਰੀਏ ਨਾਲ ਮਰ ਕੇ ਮਰ ਜਾਣਗੇ ਜਾਂਦੇ ਹਾਂਜੀ ਮੇਰੇ ਨਾਨਕੇ 7-8 ਸਾਲ ਨਹੀਂ ਗਏ ਉਹ ਕਹਿੰਦੇ ਮੇਰਾ ਮਾਮਾ ਮੇਰੀ ਮਾਤਾ ਨੂੰ ਕਹਿੰਦਾ ਸੀ 49 'ਚ ਮੇਰੇ ਮਾਤਾ ਹੀ ਗਏ ਕਹਿੰਦਾ ਨਾ ਜਾ ਬੀਬੀ ਮਰ ਜਾਏਗੀ ਮਲੇਰੀਏ ਨਾਲ ਮੈਨੂੰ ਭੈਣ ਕਿੱਥੋਂ ਲੱਭੂੰਗਾ ਇੱਕੋ ਮੇਰੀ ਭੈਣ ਆ ਅਤੇ ਉਹ ਭੈਣ ਦਾ ਅੰਗੂਠਾ ਗੁਲਦਾਰ ਖਾ ਗਿਆ ਮੇਰੀ ਮਾਤਾ ਦਾ ਮੂੰਹ ਪੈਰ 'ਚ ਪਾ ਲਿਆ ਯਾਰ ਅਸੀਂ ਲੋਕ ਜਿਹੜੇ ਹਾਂ ਅਸੀਂ ਮਿਹਨਤ ਕਰਕਸ਼ ਲੋਕ ਹੈ 5-5 ਹਜ਼ਾਰ ਏਕੜ ਦੀ ਖੇਤੀ ਕੀਤੀ ਰਾਣੇ ਨੇ ਹੈਲੀਕਾਪਟਰ ਨਾਲ ਵੀ ਸਪਰੇਅ ਕਰਾਉਂਦੇ ਨਾ ਐਜ਼ ਏ ਇੰਡੀਵਿਜੁਅਲ 1985-86-87-88 ਹਾਂਜੀ ਉਹ ਫਿਰ ਹੁਣ ਜੰਗਲ ਮਿਲਣੇ ਬੰਦ ਹੋ ਗਏ ਖੇਤੀ ਛੁੱਟੀ ਹੋਈ ਉਦੋਂ ਪਹਿਲਾਂ ਹੀ ਮੈਂ ਇੱਥੇ ਇੰਡਸਟਰੀਅਲ ਨੂੰ ਆ ਗਿਆ ਅਤੇ ਅੱਤਵਾਦ 'ਚ ਇੰਡਸਟਰੀ ਲਾਈ ਕਿੰਨੇ ਕੁ ਬੰਦਿਆਂ ਨੂੰ ਯਾਦ ਹੈ ਉਦੋਂ ਖਾੜੇ ਲੱਗਣੇ ਬੰਦ ਹੋ ਗਏ ਸੀ ਨੱਚਣਾ ਗਾਉਣਾ ਬੰਦ ਸੀ ਪੰਜਾਬ 'ਚ ਤੁਸੀਂ ਯਾਦ ਕਰੋ ਦਿਨ ਤੁਸੀਂ ਤਾਂ ਮੇਰੇ ਖਿਆਲ ਨਾਲ ਉਦੋਂ ਸ਼ਾਇਦ ਬਹੁਤ ਛੋਟੇ ਹੋਵੋਗੇ ਅਗਰ ਪੈਦਾ ਵੀ ਹੋਏ ਹੋਵੋਗੇ ਤਾਂ ਉਮਰ ਛੋਟੀ ਹੋਏਗੀ ਅੱਜ ਲੋਕ ਭੁੱਲੀ ਬੈਠੇ ਆ
ਜਿਹੜੀ ਨਵੀਂ ਸਰਕਾਰ ਆ, ਜੇ ਨਵੀਂ ਸਰਕਾਰ ਦੀ ਗੱਲ ਕਰਦੇ ਸੀ ਕਿ ਮਿਲਾਂ ਮਿਲਾਂ ਦੀ ਵੀ ਆਪਾਂ ਗੱਲ ਕਰਦੇ ਪਹਿਲਾਂ ਪਹਿਲਾਂ ਮਿਲਾਂ ਦੀ ਕਰ ਨਵੀਂ ਨਵੀਂ ਸਰਕਾਰ ਪਹਿਲਾਂ ਮਿਲਾਂ ਦੀ ਕਰ ਲਈ ਵਿਧਾਨ ਸਭਾ 'ਚ ਹੀ ਮਿਲਾਂ ਸੀ ਮਿਹਨਤਾਂ ਕਰਕੇ ਲਾਈਆਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਡਰ ਨਹੀਂ ਠੀਕ ਹੈ ਜੀ ਰੱਬ ਵਧਾ ਰਿਹਾ ਹਰ ਸਾਲ ਇੱਕ ਅੱਧੀ ਨਵੀਂ ਮਿਲ ਲਾਉਂਦੇ ਮੁੰਡੇ ਪਰ ਸਰਕਾਰ ਨੇ ਤਾਂ ਉਂਗਲ ਕਰਤੀ ਕਰਤੀ ਉਂਗਲ ਨਾ ਕਰਨਾ ਕੀ ਹੁੰਦਾ ਹੁਣ ਕਰਨ ਯਾਰ ਜੋ ਕਰਨਾ ਮੇਰਾ ਤੂੰ ਕਿ ਮੈਨੂੰ ਅੰਦਰ ਦੇਣ ਪਰਚਾ ਕਰਨ ਪਰਚਾ ਕਰਨਗੇ ਕਾਹਦਾ ਸਰਕਾਰ ਹੀ ਹੈ ਨਾ ਜ਼ਾਲਮ ਤਾਂ ਨਹੀਂ ਡੈਮੋਕਰੇਸੀ ਹੈ ਨਾ ਡੈਮੋਕਰੇਸੀ ਜੇ ਕੁਛ ਨਹੀਂ ਹੁੰਦਾ ਪਰ ਤੁਹਾਨੂੰ ਲੱਗਦਾ ਸੀਗਾ ਵੀ ਪਹਿਲੇ ਹੀ ਦਿਨ ਭਗਵੰਤ ਮਾਨ ਇੰਨਾ ਕਠੋਰ ਬੋਲ ਜਾਣਗੇ ਮੁੱਖ ਮੰਤਰੀ ਚੁਣੇ ਗਏ ਨੇ ਲੋਕਾਂ ਦੇ ਤੁਹਾਡੇ ਵੀ ਮੁੱਖ ਮੰਤਰੀ ਸਾਰਿਆਂ ਦੇ ਮੁੱਖ ਮੰਤਰੀ ਆ ਬੰਦਾ ਸੋਚਦਾ ਹੈਗਾ ਮੈਨੂੰ ਮੇਰੇ ਖਿਆਲ ਨਾਲ ਪਹਿਲਾਂ ਪਹਿਲਾਂ ਉਹਨਾਂ ਦਾ ਕੰਮ ਹੈ ਹਾਲੇ ਉਹ ਵੀ ਐਡਜਸਟ ਕਰ ਰਹੇ ਮਾਹੌਲ ਨਾਲ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਕਿੱਥੇ ਖੜਾ ਹੌਲੀ 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 ਠੀਕ ਹੋ ਜਾਂਦਾ ਹੁੰਦਾ ਸਭ ਕੁਛ ਇਹ ਤਾਂ ਨਹੀਂ ਸੀ ਵੀ ਤੁਸੀਂ ਪ੍ਰਭਾਵ ਪਾ ਰਹੇ ਸੀ ਵੀ ਅਸੀਂ ਸੀਨੀਅਰ ਹਾਂ ਅਸੀਂ ਬੈਠੇ ਹਾਂ ਸਾਨੂੰ ਜ਼ਿਆਦਾ ਪਤਾ ਸੀਨੀਅਰ ਮੋਸਟ ਆਫ ਦੀ ਹਾਊਸ ਇਜ਼ ਦੀ ਸਪੀਕਰ ਉਹਦੇ ਬਾਅਦ ਮੁੱਖ ਮੰਤਰੀ ਮੈਂ ਤਾਂ ਖੁਦ ਕਿਹਾ ਕਿ ਜਦੋਂ ਚੀਫ ਮਿਨਿਸਟਰ ਬੋਲਦਾ ਹੋਵੇ ਕਿਸੇ ਦੇ ਬੋਲਣ ਦਾ ਹੱਕ ਨਹੀਂ ਮੈਂ ਆਵਾਜ਼ ਚੱਕੀ ਹੈ ਪਰ ਤੁਸੀਂ ਆਪਣੇ ਬੱਚੇ ਲਈ ਵੀ ਕਿਹਾ ਕਿ ਬੱਚੇ ਨੂੰ ਬੋਲਣਾ ਉਹਨੂੰ ਸੁਣ ਲਓ ਦੋ ਮਿੰਟ ਫਿਰ ਕੀ ਹੋ ਗਿਆ ਉਹਨੇ ਗੱਲਾਂ ਕਿਹੜੀਆਂ ਕੀਤੀਆਂ ਜੀ ਉਹਨੇ ਇਹ ਕਿਹਾ ਕਿ ਵੀ ਹਰਿਆਣੇ ਦੇ ਵਿੱਚ ਕਰੋੜ ਰੁਪਈਆ 96 ਲੱਖ ਰੁਪਈਆ ਪਾ ਜ਼ਮੀਨ ਨੂੰ ਐਕੁਆਇਰ ਕਰਨ ਦਾ ਮਿਲ ਰਿਹਾ ਜੀ ਦੇਖੋ ਨਵੰਬਰ ਦਸੰਬਰ ਦੇ ਵਿੱਚ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਆ ਉਹਨਾਂ ਨੂੰ ਸਿਰ ਖੁਰਕਣ ਦਾ ਟਾਈਮ ਨਹੀਂ ਹੁੰਦਾ ਹਾਂਜੀ ਅਤੇ ਉਹਦੇ ਬਾਅਦ ਨਵੰਬਰ ਚਲੇ ਗਿਆ ਦਸੰਬਰ ਚਲੇ ਗਿਆ ਜਨਵਰੀ ਚਲੇ ਗਈ ਫਰਵਰੀ ਚਲੇ ਗਈ ਮਾਰਚ ਚਲੇ ਗਈ ਔਰ ਪਹਿਲੇ ਸਦਨ ਦੇ ਵਿੱਚ ਤੁਸੀਂ ਗਵਰਨਰ ਹਾਊਸ 'ਤੇ ਬੋਲਣ ਦਾ ਟਾਈਮ ਕਿਸੇ ਨੂੰ ਨਹੀਂ ਦਿੱਤਾ ਅਤੇ ਚਲੋ ਮੇਰੀ ਮਜਬੂਰੀ ਇਹ ਸੀ ਕਿ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਹ ਸੈਸ਼ਨ ਮੈਂ ਤਾਂ ਮੇਰੇ ਬੇਟੇ ਨੇ ਅਟੈਂਡ ਨਹੀਂ ਕੀਤਾ ਅਤੇ ਹੁਣ ਸੈਸ਼ਨ ਹੋਰ ਦੋਵਾਂ ਤਿੰਨਾਂ ਮਹੀਨਿਆਂ ਨੂੰ ਆਉਣਾ ਅਤੇ ਮਤਲਬ ਪੰਜਾਬ ਦਾ ਜਿਹੜਾ ਪਖਦਾ ਮਸਲਾ ਆ ਜ਼ਮੀਨ 25,000 acres ਜ਼ਮੀਨ ਅਕੁਆਇਰ ਹੋਣੀ ਹੈ ਤੁਹਾਨੂੰ ਪਤਾ ਔਰ ਉਹਦਾ ਅਗਰ ਰੇਟ ਤੁਸੀਂ ਕੈਲਕੂਲੇਟ ਕਰੋਗੇ ਜੇ ਮੈਂ ਗਲਤ ਨਾ ਹੋਵਾਂ ਤਾਂ 40 ਲੱਖ ਤੋਂ ਥੱਲੇ ਥੱਲੇ ਹੀ ਐਵਰੇਜ ਹੋਊਗਾ ਅਤੇ ਜੇ ਐਵਰੇਜ ਹਰਿਆਣੇ ਦੀ ਲਾਓਗੇ ਤਾਂ ਕਰੋੜ ਤੋਂ ਉੱਪਰ ਹੋਏਗਾ ਸੋ ਇੰਨਾ ਵੱਡਾ ਡਿਫਰੈਂਸ ਜੰਮੂ ਕਸ਼ਮੀਰ 'ਚ ਵੀ ਕਰੋੜ ਦੇ ਲਾਗੇ ਛਾਗੇ ਸਾਡਾ 35-40 ਲੱਖ ਹੀ ਰਹਿ ਜਾਵੇ ਜਾਂ 30 ਲੱਖ ਹੀ ਰਹਿ ਜਾਵੇ ਇੱਕ ਕਿਸੇ ਪਿੰਡ ਦੀ ਜ਼ਮੀਨ 5,40,000 ਚਰਚ ਅਕੁਆਇਰ ਹੋਈ ਆ ਉਹਦਾ ਹਲਕੇ ਦੀ ਆ ਔਰ ਉਹਦੇ ਬਾਅਦ ਉਹਨੇ ਇਹ ਵੀ ਕਿਹਾ ਕਿ ਮੇਰੇ ਡਾਂਟ ਲੱਗ ਜਾਣੀ ਜਦ ਦੋ ਹਾਈਵੇ ਚੱਲਣੇ ਆ ਦੋ ਦਰਿਆ ਨੇ ਦੋਵਾਂ ਦਰਿਆਵਾਂ ਦਾ ਪ੍ਰੈਸ਼ਰ ਉਸ ਇਲਾਕੇ 'ਤੇ ਪੈਂਦਾ ਉਧਰੋਂ ਡਾਂਟ ਲੱਗੀ ਹੋਵੇ ਫਲੱਡਿੰਗ ਹੋ ਗਈ ਫਿਰ ਲੋਕ ਤਾਂ ਮਰ ਜਾਣਗੇ ਉਹ ਸਬਜ਼ੀ ਬੀਜਣ ਵਾਲੇ ਲੋਕ ਆ ਉਹਨਾਂ ਦੀ ਗੱਲ ਕਰਨੀ ਚਾਹੁੰਦਾ ਸੀਗਾ ਟਾਈਮਿੰਗ ਦਾ ਮਿਸਮੈਚ ਹੋ ਗਿਆ ਗੱਲ ਉਹਨੇ ਬਹੁਤ ਸਿਆਣੀ ਕੀਤੀ ਇਹ ਸ਼ਾਇਦ ਅੱਜ ਤਾਈਂ ਹਿੰਦੁਸਤਾਨ 'ਚ ਨਾ ਕਿਸੇ ਇੰਜੀਨੀਅਰ ਨੇ ਸੋਚਿਆ ਹੋਊਗਾ ਨਾ ਕਿਸੇ ਅਫਸਰ ਨੇ ਸੋਚਿਆ ਹੋਊਗਾ ਔਰ ਨਾ ਕਿਸੇ ਸਿਆਸਤਦਾਨ ਨੇ ਸਵਾਲ ਚੱਕਿਆ ਹੋਊਗਾ ਉਹਨੇ ਇੱਕ ਸਵਾਲ ਚੱਕਿਆ ਕਿ ਇੱਕ ਜ਼ਿਮੀਂਦਾਰ ਦੀ ਤੁਸੀਂ ਵਿੱਚ ਦੀ ਕੱਢ ਦਿੰਦੇ ਹੋ ਹਾਈਵੇ ਇੱਕ ਤਾਂ ਉਹਦੀ ਹਾਈਵੇ ਜ਼ਮੀਨ ਆ ਗਈ 2 ਕਿੱਲੇ ਉੱਧਰ ਰਹਿ ਗਏ 4 ਕਿੱਲੇ ਉੱਧਰ ਰਹਿ ਗਏ ਅਤੇ ਉਹਨੇ ਕੰਬਾਈਨ ਹਾਰਵੈਸਟਰ ਲਿਜਾਣਾ ਤੁਸੀਂ ਮੀਡੀਆ ਦੇ ਲੋਕ ਦਿਖਾਇਓ ਜਾ ਕੇ 10 ਫੁੱਟ ਬਾਈ 10 ਫੁੱਟ ਦਾ ਪੈਸੇ ਛੱਡਦੇ ਥੱਲੇ ਦੀ ਕੀ 10 ਫੁੱਟ ਬਾਈ 10 ਫੁੱਟ ਦੇ ਵਿੱਚ ਦੀ ਵੱਡੀਆਂ ਟਰਾਲੀਆਂ ਨਿਕਲਦੀਆਂ ਅੱਜ ਬੜੀ ਵੱਡੀ ਸਮੱਸਿਆ ਜ਼ਿਮੀਂਦਾਰ ਦੀ ਔਰ ਕੀ ਉਹਦੇ ਵਿੱਚ ਦੀ ਕੰਬਾਈਨ ਹਾਰਵੈਸਟਰ ਨਿਕਲ ਜਾਊਗਾ 14-15-16 ਫੁੱਟ ਉੱਚਾ ਹੁੰਦਾ ਔਰ 14 ਫੁੱਟ ਦੇ ਵੀ 16 ਫੁੱਟ ਦੇ ਵੀ ਕਟਰਬਾਰ ਹੁੰਦੇ ਆ ਕਟਰਬਾਰ ਲੱਗੇ ਦੇ ਉੱਥੇ ਉਹਦੇ ਵਿੱਚ ਦੀ ਨਿਕਲ ਜੂਗਾ ਮੈਂ ਵੀ ਨਹੀਂ ਸੋਚਿਆ ਸੀ ਐਡਾ ਵੈਲਿਡ ਪੁਆਇੰਟ ਹੁਣ ਜੇ ਅਸੀਂ ਉੱਧਰ ਉਠਾ ਕੇ ਇਹਨਾਂ ਦੇ ਅਫਸਰ ਉਸ ਗੱਲ ਨੂੰ ਟੇਕਅਪ ਕਰਨ ਇਹਨਾਂ ਦੇ ਕੀ ਸਾਡੇ ਅਫਸਰ ਟੇਕਅਪ ਕਰਨ ਵਿਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਕਿ ਵੀ ਸਾਡੀ ਆਹ 60 ਕਿਲੋਮੀਟਰ 'ਤੇ ਜਾ ਕੇ ਜਿਹੜਾ ਹੁਣ ਨਵੇਂ ਬਣ ਰਹੇ ਨਾ ਇਹਨਾਂ ਦੇ ਉਹ ਦਿੱਲੀ ਕਟਰਾ 60-60 ਕਿਲੋਮੀਟਰ 'ਤੇ ਜਾ ਕੇ ਤੁਹਾਨੂੰ ਵਾਪਸੀ ਦਾ ਘੱਟ ਮਿਲੇਗਾ ਰਾਣਾ ਸਾਹਿਬ ਸਵਾਲ ਚਲੋ ਵਧੀਆ ਚੱਕਿਆ ਮੰਨ ਲਿਆ ਪਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਵੀ ਸਿਖਾ ਕੇ ਲੈ ਕੇ ਆਉਣਾ ਸੀ ਬੋਲਣ ਦਾ ਸਲੀਕਾ ਇਹ ਕੀ ਗੱਲ ਬਣ ਗਈ ਇਹ ਕੀ ਹੋ ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਵੀ ਔਲਾਦ 'ਤੇ ਵੀ ਟਿੱਪਣੀ ਕਰ ਦਿੱਤੀ ਮੈਂ ਕਹਿੰਦਾ ਆਪਣੀ ਵੇਖ ਲਓ ਇੰਨਾ ਹੀ ਬਹੁਤ ਆ ਹੋਰ ਇੱਕ ਐਂ ਕਰੋ ਸਰਵੇ ਕਰ ਲਓ ਕਿ ਰਾਣੇ ਦੀ ਔਲਾਦ ਕਿਹੋ ਜਿਹੀ ਆ ਯਾਰੋ ਮੇਰੀ ਔਲਾਦ ਆਗਿਆਕਾਰੀ ਆ ਮਿਹਨਤ ਕਰਦੀ ਆ 14-14-16-16 ਘੰਟੇ ਕੰਮ ਕਰਦੇ ਆ ਜਾ ਕੇ ਜਿੱਥੇ ਸਾਡੇ ਕਾਰੋਬਾਰ ਉੱਥੇ ਪੁੱਛੋ ਤਾਂ ਸਹੀ ਉਹਨਾਂ ਮੇਰੇ ਮੁਲਾਜ਼ਮਾਂ ਨੂੰ ਤਾਂ ਪੁੱਛੋ 16-16 ਘੰਟੇ ਕੰਮ ਕਰਨਾ ਕੋਈ ਖੇਡ ਨਹੀਂ ਪਈ
तो चलो भगवंत मान साहब की अपनी मर्जी आ, उन्होंने औलाद बहुत अच्छी होए, मैं मैनू कोई इतराज नहीं, मैं तो खुशी होगी जो औलाद चंगी होए, तो जे माड़ी मेरी औलाद यार लैसन तुम दे दौ, मैं भेज देंगे किस दिन सारे इकट्ठे करके थोड़े को, सुझाव दे दौ कि यार तुम माड़े बंदे हो, ऐ करो इंप्रूव। राणा साहब सियासत के लोगों के विचर जे वैसे असी गल करते हैं इकोनमी वाले पक्ष तो, तुम व्यापारी भी हो, काफ़ी तुहाडा तजर्बा रहा है, जिहड़ा वादा किया गया है 300 यूनिट बिजली माफ करन दा वादा, 1000 रुपये औरतों नूं देण दा वादा, जिहड़ियां इह चीज़ां गईआं तुसीं देखदे हो वी हो सकदा गा पंजाब दे विच, कि किवें देख रहे हो कि एक जुमला छड्डिया गया? वेखो बड़े सियाणे बंदे ने केजरीवाल साहब, भगवंत मान साहब, ये मैनू नहीं लगता कोई गल गलत की इन्होंने लोगों नाल जी, ये कहिंदे 50,000 वहीं तां केजरीवाल साहब दा बयान है, भगवंत मान साहब नाल आ, वो ये कहिंदे कि अहीं उही वादे करीदे आ, सोच समझ के पहला 2 महीने कैलकुलेट करीदा, फिर असीं ऐलान करीदा, ते 50,000 करोड़ रुपये की चीज़ हुंदी आ जी, लेकिन 50,000 करोड़ मैनू लोगों नूं समझ उदों आया जदों भगवंत मान साहब मोदी साहब को चले गए कि 50,000 करोड़ दे दे। मैं तो समझता सी कि इन्हां ने कोई सिस्टम बनाया जनरेशन का, सोचा होना, तो और इन्हें टिप्पणी हाले अपनी बनती नहीं, 100 दिन पूरे हो लड़ दो, फिर आप देखिए कि भाई की किया की नहीं किया, किहड़े वादे अप्रैल च किए सी, पहली अप्रैल तो लागू हो जाएंगे, तुसीं खुल के बोलोगे 100 दिन बाद के व्यापारियों वाली गल करोगे, व्यापारियों का क्या मतलब, व्यापारी बंदे नहीं होंगे, व्यापारी बंदे नहीं, फिर भी कई बार कह दिंदा भी सरकार आ, सरकार सरकार कोई सैटिंग नहीं, जे राणा डरदा होवे तां सरकार बीजेपी दी हरियाणे च भी आ, सरकार उत्थे मेरी एक राणा जी, ये ना कहो, लोग कहंदे ने भी बीजेपी वाले नाल बहुत वधिया होड़ा, हां मेरा है वधिया, हुण मैं जाके गल पवां लोकां दे, मेरी मेरी बड़ी दुआ सलाम वधिया, मेरी जोगी साहब नाल बहुत वधिया, उत्थे मेरियां 4-5 मिलां जी, अगले देखो भगवंत मान साहब ने राणा शुगर दा नाम लैके एक इंडस्ट्री वाले नूं पैण वाली गल कीती आ, और इंडस्ट्री नूं सिर ते चकदे गुजरात च मोदी साहब चीफ मिनिस्टर होंदे सीगे, इन्होंने सुखावा माहौल बनाया, इंडस्ट्री किदां लगी, अज अगर पंजाब दे हालात ठीक करने आ ते तुहानूं इंडस्ट्री नूं रैड कारपेट वेलकम दे करना पऊगा, इंडस्ट्री एक राणे दी देख के आ, इहो जिहियां 500-700 हज़ार इंडस्ट्रियां लगन, नौकरियां सरकारी तां आपां लिमिटेड दे सकदे आ, लेकिन इनवायरमेंट अच्छा अगर इंडस्ट्री लई बणावांगे, इंडस्ट्रियलाइजेशन होएगी पंजाब दी, तो टैक्स कलैक्शन भी होएगी, इंप्लॉयमेंट भी जनरेट होएगी, इन सारिया गलों पर तरजीह देनी चाहिए आ, रही डर डराने वाली गल, ना तो राणा डरिया ना राणा डरेगा, और डरा तो जे मैं चोरी करता वहाँ, चोरी करदा तुम फड़ लो यार रौला कहता। राणा साहब कदे कदे ऐ लगता राणा गुरजीत दे दिल का परड़ा बीजेपी कणी नूं ज़्यादा झुक जाता गा, तुहानूं इह वहम है, तुसीं पत्रकार वीरां ने स्टोरी बनाउणी हुंदी आ, ये तुहाडी स्टोरी चलनी नहीं राणे नाल, राणा पक्का कांग्रेस, तुहानूं दस्सिया मैं अपने पिता जी बारे जी की दस्सिया, तुसीं पिछली बार भी मैनूं ये गल दस्सी सी, मैं पिछली बार भी सवाल पुछे सी, पर एक जे असीं गल करदे हां तुहाडा परसनल रिलेशन आ, परसनल रिलेशन सारे बंदिआं दा हुंदा, पर फिर भी किते ना किते पार्टी लाइन तों बाहर हो के भी तुसीं जिहड़ियां चीज़ां बोलदे हां, की बोलदा पार्टी लाइन तों बाहर, ਜੀ ਕਹਿੰਦੇ ਹੋ ਵੀ ਮੋਦੀ ਸਾਹਿਬ ਨੇ ਕਈ ਵਧੀਆ ਕੰਮ ਕੀਤੇ ਨੇ, ਵੀ ਇਹ ਚੀਜ਼ਾਂ ਮਤਲਬ ਯਾਰ ਦੇਖੋ ਗੁਜਰਾਤ ਦੀ, ਹੁਣ ਮੈਂ ਇਹਨਾਂ ਨੂੰ ਤੁਹਾਡੀ ਪਾਰਟੀ ਵਿਰੋਧ ਕਰਦੀ ਆ ਉਸ ਸਟੇਟ ਦੇ ਵਿੱਚ, ਪਾਰਟੀ ਦੇਖੋ ਇੱਕ ਗੱਲ ਸੁਣੋ, ਪਾਰਟੀ ਵਿਰੋਧ ਕਰਦੀ, ਮੈਂ ਤਾਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਸਾਨੂੰ ਇੰਡਸਟਰੀਅਲ ਹਾਊਸਿਸ ਨੂੰ ਵੈਲਕਮ ਕਰਨਾ ਚਾਹੀਦਾ, ਸੁਖਾਵਾਂ ਮਾਹੌਲ ਬਣਾਉਣਾ ਚਾਹੀਦਾ, ਪੰਜਾਬ ਦੇ ਵਿੱਚ ਇੰਡਸਟਰੀ ਆਵੇ, ਇੰਡਸਟਰੀਅਲਿਸਟ ਦੀ ਗੱਲ ਸੁਣੋ, ਇਹ ਸਾਰੀਆਂ ਗੱਲਾਂ ਮੈਂ ਕਰਦਾ ਜੀ, ਅਤੇ ਬੀਜੇਪੀ ਦੀ ਤਾਰੀਫ ਹੋ ਗਈ, ਇਹ ਨਹੀਂ ਕੋਈ ਤਾਰੀਫ, ਇਹ ਤਾਂ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਡਸਟਰੀਅਲ ਸਦੋ ਸਾਨੂੰ ਤਾਂ, ਅੱਛਾ ਮਜ਼ੇਦਾਰ ਗੱਲ, ਹਾਂਜੀ ਇੰਡਸਟਰੀਅਲ ਮੀਟ ਹੋਈ ਹੋਵੇ, ਕਦੇ ਰਾਣਾ ਇੰਦਰ ਪ੍ਰਤਾਪ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਦਿਆ ਹੋਵੇ? ਨਹੀਂ ਸੱਦਿਆ, ਅਤੇ ਸੱਦਣਾ ਇਹਨਾਂ ਨੇ ਵੀ ਨਹੀਂ, ਅਤੇ ਸਾਡੇ ਲਈ ਤਾਂ ਬੜਾ ਸੌਖਾ ਕੰਮ ਹੈ, ਜਿਹੜਾ ਘੋਰ ਅਨਰਥ ਔਰ ਪਾਪ ਕਹੂੰਗਾ ਮੈਂ, ਰਾਣਾ ਪੰਜਾਬੀ ਹੋਵੇ ਫੈਕਟਰੀਆਂ ਬਾਹਰ ਲਾਵੇ, ਕਿਉਂ ਲਾਉਂਦਾ, ਕਿਉਂਕਿ ਤੁਹਾਡੇ ਵਰਗੇ ਪੱਤਰਕਾਰ ਔਰ ਜਿਹੜੇ ਇਹ ਸਾਡੇ ਵੀਰ ਪੋਲੀਟੀਕਲ ਬੰਦੇ ਆ, ਉਹ ਫੈਕਟਰੀ ਤੋਂ ਇਲਾਵਾ ਅੱਗੇ ਚਾਹੁੰਦੇ ਨਹੀਂ, ਫੈਕਟਰੀ ਲਾਉਣਾ ਪਾਪ ਹੈ? ਕੀ ਗੱਲ, ਕਿੰਨੇ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਦਿੰਦਾ, ਤੁਸੀਂ ਨਹੀਂ ਚਾਹੁੰਦੇ ਤੁਹਾਡੇ ਖੰਡ ਮਿੰਡ ਲੱਗੇ,
ਤੁਸੀਂ ਬਠਿੰਡੇ ਦੇ ਹੋ ਤੁਸੀਂ ਨਹੀਂ ਚਾਹੁੰਦੇ ਖੰਡ ਪਿੰਡ ਲੱਗੇ ਚਾਹੁੰਦੇ ਹੋ ਨਾ ਅਸੀਂ ਤਾਂ ਕਹਿੰਦੇ ਇੱਕ ਨਾ ਦੋ ਤਿੰਨ ਲੱਗਣ ਲੱਗਣ ਨਾ ਹਾਂ ਫਿਰ ਸੁਖਾਵਾਂ ਮਾਹੌਲ ਬਣੂਗਾ ਤਾਂ ਹੀ ਲੱਗਣਗੀਆਂ ਤੁਹਾਨੂੰ ਕੀ ਲੱਗਦਾ ਤੁਸੀਂ ਕਹਿੰਦੇ ਮੀਟਿੰਗਾਂ 'ਚ ਨਹੀਂ ਸਾਦੀ ਸਰਕਾਰ ਜਿਹੜੀ ਵਪਾਰੀਆਂ ਦੀ ਮੀਟਿੰਗ ਹੁੰਦੀ ਆ ਓਡੇ ਵੱਡੇ ਵਪਾਰੀ ਨਹੀਂ ਤੁਸੀਂ ਕਿ ਚੱਕਰ ਹੋਰ ਕੋਈ ਸ਼ਾਇਦ ਇਹਨਾਂ ਦੇ ਪਮਾਨੇ ਹੋਰ ਹੋਣਗੇ ਜਾਂ ਸਾਡੀ ਸਾਡੀ ਸਾਡਾ ਗ੍ਰਾਫ ਛੋਟਾ ਹੋਊਗਾ ਕੁਝ ਨਾ ਕੁਝ ਤਾਂ ਹੋਊਗਾ ਜਾਂਦੇ ਜਾਂਦੇ ਮੇਰਾ ਲਾਸਟ ਸਵਾਲ ਜੇ ਰਾਜਨੀਤੀ ਦੇ ਪੱਖ ਤੋਂ ਦੇਖਦੇ ਹਾਂ ਰਾਜਨੀਤੀ ਦਾ ਤਜਰਬਾ ਤੁਹਾਨੂੰ ਬੜਾ ਗਾ ਤੁਹਾਡੀ ਪਾਰਟੀ 'ਤੇ ਤੁਸੀਂ ਕਮੈਂਟ ਕਰ ਦਿੱਤੇ ਆ ਵਿਰੋਧੀਆਂ 'ਤੇ ਕਮੈਂਟ ਕਰਤੇ ਖਾਸ ਕਰਕੇ ਮੈਂ ਇੱਕ ਅਕਾਲੀ ਦਲ 'ਤੇ ਜ਼ਰੂਰ ਕਮੈਂਟ ਲੈਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਗਾ ਕਿਉਂਕਿ ਪਾਰਟੀਆਂ ਸਾਰੀਆਂ ਹੀ ਜ਼ਰੂਰੀ ਹੁੰਦੀਆਂ ਗੀਆਂ ਮੁਕਾਬਲਾ ਵੀ ਫੇਰ ਹੁੰਦਾ ਗਾ ਤੁਹਾਨੂੰ ਲੱਗਦਾ ਗਾ ਵੀ ਇੱਥੋਂ ਉਹ ਬੂਸਟ ਅਪ ਹੋ ਸਕਦੇ ਨੇ ਜਾਂ ਜਿਹੜਾ ਡਾਊਨਫਾਲ ਆਇਆ ਗਾ ਇਹਦਾ ਕਾਰਨ ਕਿਤੇ ਨਾ ਕਿਤੇ ਕੋਈ ਬਹੁਤ ਖਤਰਨਾਕ ਕਾਰਨ ਰਹਿ ਗਏ ਇਹਦਾ ਕਾਰਨ ਜੀ ਔਰ ਸਾਡੇ ਡਾਊਨ ਜਾਣ ਦਾ ਕਾਰਨ ਜੀ ਸਾਡੇ 18 ਆਉਣ ਦਾ ਕਾਰਨ ਕੇਵਲ ਇੱਕ ਰਿਹਾ ਕਿ ਲੋਕ ਜਦੋਂ ਭਾਂਪ ਗਏ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਜੀ ਔਰ ਸੁਖਬੀਰ ਬਾਦਲ ਇਹ ਦੋਵੇਂ ਮਿਲੇ ਹੋ ਤਾਂ ਲੋਕਾਂ ਨੇ ਥਰਡ ਆਲਟਰਨੇਟਿਵ ਚੁਣ ਲਿਆ ਜੇ ਸੁਖਬੀਰ ਸਿੰਘ ਨੂੰ ਥੋੜ੍ਹੀ ਸਖਤਾਈ ਹੁੰਦੀ ਉਹਦੇ 'ਤੇ ਉਹਨੂੰ ਬੁੱਕ ਕਰਦੇ ਨਾ ਕਰਦੇ ਬੁੱਕ ਤਾਂ ਇਸ ਪਰ ਲਾਓ ਹੋਣਾ ਅਤੇ ਮਹਿਸੂਸ ਕਰਾਉਂਦੇ ਕਿ ਵੀ ਸਰਕਾਰ ਕਰ ਰਹੀ ਆ ਜੀ ਅਤੇ ਸੁਖਬੀਰ ਦਾ ਐਡਾ ਵੱਡਾ ਨੁਕਸਾਨ ਨਹੀਂ ਹੋਣਾ ਸੀ ਲੋਕਾਂ ਨੂੰ ਵਿਸ਼ਵਾਸ ਸੁਖਬੀਰ 'ਚ ਹੋਣਾ ਸੀ ਤੁਹਾਡੇ ਏਰੀਏ ਦੀ ਗੱਲ ਕਰਦੇ ਹਾਂ ਪਰਸਨਲ ਵੋਟ ਬੈਂਕ 'ਤੇ ਅਸਰ ਪਿਆ ਦੋ ਗੱਲਾਂ ਨੂੰ ਲੈ ਕੇ ਚਰਚਾ ਹੁੰਦੀ ਸੀ ਲੋਕਾਂ 'ਚ ਦੇਖੋ ਜਦੋਂ ਹਵਾ ਚੱਲਦੀ ਹੈ ਨਾ ਹਾਂ ਹਵਾ ਫਿਰ ਚਾਰੋ ਬੰਨੇ ਚੱਲਦੀ ਹੁੰਦੀ ਆ ਕਿਸੇ ਵਿਅਕਤੀ ਵਿਸ਼ੇਸ਼ ਦਾ ਘੱਟ ਨੁਕਸਾਨ ਹੋ ਜਾਂਦਾ ਕਿਸੇ ਦਾ ਵੱਧ ਹੋ ਜਾਂਦਾ ਕਈ ਬੜੇ ਅੱਛੇ ਅੱਛੇ ਲੀਡਰ ਬਗੈਰ ਕਿਸੇ ਗੱਲ ਦੇ ਹੀ ਹਾਰ ਗਏ ਉਹ ਲੋਕ ਰੋਣਾ ਨਹੀਂ ਚਾਹੁੰਦੇ ਸੀ ਲੇਕਿਨ ਹਵਾ ਸੀ ਹਵਾ ਚੜ ਗਏ ਤੁਸੀਂ ਫੇਰ ਕਹਿ ਦੋਗੇ ਜਿਵੇਂ ਕੀ ਦੱਸ ਸਕਦੇ ਹੋ ਕਿ ਨਹੀਂ ਜਿਵੇਂ ਕਿ ਆਸ਼ੂ ਵੇਖੋ ਤੁਸੀਂ ਪਾਂਡੇ ਵੇਖੋ ਪਾਂਡੇ ਜੀ ਕਦੇ ਹਰੇ ਸੀਗੇ ਇਹ ਹਵਾ ਚ ਹਰੇ ਆ ਕੋਈ ਵਿਰੋਧੀ ਚੰਗਾ ਉਹਦਾ ਵੀ ਦੱਸ ਦਿਓ ਮੇਰਾ ਕੋਈ ਵਿਰੋਧੀ ਨਹੀਂ ਸਭ ਦੋਸਤ ਨੇ ਜਦੋਂ ਜਦੋਂ ਕੋਈ ਵਿਰੋਧ ਕਰੇਗਾ ਉਦੋਂ ਉਦੋਂ ਰੋਸ ਜਾਗੂਗਾ ਆਪਾਂ ਵੀ ਕਰ ਦਿਆਂਗੇ ਕੋਈ ਮੇਰਾ ਵਿਰੋਧੀ ਨਹੀਂ ਜੀ ਰਾਣਾ ਜੀ ਤੁਸੀਂ ਸਮਾਂ ਦਿੱਤਾ ਧੰਨਵਾਦ ਅਸੀਂ ਉਮੀਦ ਕਰਦੇ ਹਾਂ 3 ਮਹੀਨਿਆਂ ਬਾਅਦ ਜਾਂ 100 ਦਿਨਾਂ ਬਾਅਦ ਇੱਕ ਵਾਰ ਫਿਰ ਮਿਲੀਏ ਫਿਰ ਪਤਾ ਲੱਗ ਜੂ ਸਰਕਾਰ ਕੀ ਕਰ ਰਹੀ ਹੈ ਅਤੇ ਤੁਸੀਂ ਵੀ ਖੁੱਲ੍ਹ ਕੇ ਬੋਲੋ ਥੈਂਕ ਯੂ ਧੰਨਵਾਦ ਜੀ